ਕਿਸੇ ਇੱਕ ਮੁਸਲਮਾਨ ਨੇ ਨਹੀਂ ਆਖਿਆ ਕਿ ਹਿੰਦੂ ਮਾਰੇ ਸਨ ਕਿ ਸਿੱਖ ਮਾਰੇ ਸਨ ਮੈਂ ਇੱਕ ਤੁਹਾਨੂੰ ਛੋਟੀ ਜੀ ਮਿਸਾਲ ਦੇਣਾ ਇੱਕ ਮੁਸਲਮਾਨ ਰਾਜਪੂਤ ਭਾਈ ਚਾਰੇ ਦਾ ਜਵਾਈ ਪਿੰਡ ਨੂੰ ਆ ਰਿਹਾ ਤੁਰ ਕੇ ਇੱਕ ਨੰਬਰਦਾਰ ਸਰਦਾਰ ਦਾ ਉਹ ਬਾਹਰੋਂ ਘੋੜੀ ਤੇ ਆ ਰਿਹਾ ਉਹ ਪੁੱਛਦਾ ਹੈ ਬੇਟਾ ਕਿੱਥੇ ਜਾਣਾ ਕਹਿੰਦਾ ਜੀ ਐਸੇ ਪਿੰਡ ਜਾਣਾ ਮੈਂ ਵਿਆਹ ਆਇਆ ਘੋੜੀ ਤੇ ਉਤਰਿਆ ਸਰਦਾਰ ਜੀ ਨੇ ਉਹਨੂੰ ਘੋੜੀ ਤੇ ਬਾਠਾਤਾ ਔਰ ਬਾਗ ਉਹਨੂੰ ਫੜਾਤੀ ਜਾ ਪੁੱਤਰ ਲੈ ਜਾ ਜਦੋਂ ਸ਼ਾਮ ਨੂੰ ਕੋੜੀ ਕਰੇ ਆਪਣਿਆ ਤਾਂ ਵੇਖਿਆ ਘਰ ਜਾਨੇ ਸਹੁਰੇ ਕਹਿੰਦੇ ਉਹ ਬੱਚਾ ਇਹ ਕਿਨੇ ਦਿੱਤੀ ਤੈਨੂੰ ਉਹ ਕਹਿੰਦਾ ਜੀ ਸਰਦਾਰ ਜੀ ਆਉਂਦੇ ਪੈ ਸਨ ਉਹਨਾਂ ਮੈਨੂੰ ਪੁੱਛਿਆ ਤੇ ਮੈਨੂੰ ਕੋੜੀ ਦੇ ਦਿੱਤੀ ਉਹਨੇ ਕੋੜੀ ਫੜੀ ਤੇ ਨੰਬਰਦਾਰ ਦੇ ਘਰ ਦੇਣ ਗਿਆ ਆਹਦਾ ਸਰਦਾਰ ਜੀ ਤੁਹਾਡੀ ਬੜੀ ਮਿਹਰਬਾਨੀ ਏ ਤੁਸੀਂ ਮੇਰੇ ਜਵਾਈ ਦੇ ਮਾਨ ਸਤਿਕਾਰ ਕੀਤਾ ਉਹ ਆਂਦਾ ਉਹ ਕਮਲਿਆ ਉਹ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਉਹ ਧੀਆਂ ਨੂੰ ਜਿਹੜੀ ਚੀਜ਼ ਦੇ ਦਈਓ ਵਾਪਸ ਨਹੀਂ ਲਈਦੀ